ਚੰਡੀਗੜ੍ਹ ਦੇ 38 ਸੈਕਟਰ 'ਚ ਹੋਏ ਬਹੁਚਰਚਿਤ ਸਤਨਾਮ ਸਿੰਘ ਸਰਪੰਚ ਦੇ ਕਤਲ ਮਾਮਲੇ 'ਚ ਇਨਾਮੀ ਗੈਂਗਸਟਰ ਮਨਜੀਤ ਸਿੰਘ ਬੌਬੀ ਨੂੰ ਹੁਸ਼ਿਆਰਪੁਰ ਦੀ ਦਸੂਹਾ ਪੁਲਿਸ ਨੇ ਫੜਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉੱਥੇ ਪੁਲਿਸ ਬੌਬੀ ਨੂੰ ਕੋਰਟ ਵਿੱਚ ਪੇਸ਼ ਕਰ ਰਿਮਾਂਡ ਲੈ ਕੇ ਅਤੇ ਹੋਰ ਮਾਮਲੇ ਹੱਲ ਕਰਨ ਦੀ ਗੱਲ ਕਰ ਰਹੀ ਹੈ। ਅਸੀਂ ਕੱਲ੍ਹ ਰਾਤੀ ਮਨਜੀਤ ਬੌਬੀ ਗੈਂਗਸਟਰ ਹੈ, ਕਾਫੀ ਦੇਰ ਤੋਂ ਵਾਂਟਡ ਸੀ, ਸਾਨੂੰ ਇਹਨੂੰ ਅਰੈਸਟ ਕਰਨ ਲਈ ਅਲੱਗ ਅਲੱਗ ਟੀਮਾਂ DSP ਦਸੂਹਾ ਦੇ ਅੰਡਰ ਚੱਲ ਰਹੀਆਂ ਸੀ, ਜਿਸ ਪ੍ਰੈਸ਼ਰ ਦੇ ਤਹਿਤ ਕੱਲ੍ਹ ਆਪਣੇ ਆਪ ਸਾਡੇ ਕੋਲ ਪੇਸ਼ ਹੋ ਗਿਆ। ਇਹਦੀ ਅਸੀਂ ਅਰੈਸਟ ਪਾਈ ਆ, ਦੋ ਤਾਂ ਸਾਡੇ ਕੇਸ ਸੀਗੇ, ਇੱਕ 307 ਦਾ, ਇੱਕ ਆਰਮਜ਼ ਐਕਟ ਦਾ ਜਿਹਦੇ ਵਿੱਚ PO ਸੀ, ਇੱਕ ਕੇਸ ਇਹਦੇ 'ਤੇ ਹਰਿਆਣਾ ਦੇ ਵਿੱਚ 379 B ਦਾ ਹੈ, ਜਿਹਦੇ ਵਿੱਚ ਇਹਨੇ ਲੜਾਈ ਝਗੜੇ ਤੋਂ ਬਾਅਦ ਕਾਰ ਖੋਹੀ ਸੀ। ਪਰ ਜਿਹੜਾ ਇੱਕ ਪੰਜਾਬ ਦਾ ਬੜਾ ਹਾਈ ਪ੍ਰੋਫਾਈਲ ਕੇਸ ਆ, 38 ਸੈਕਟਰ ਦੇ ਵਿੱਚ ਸ਼ਰੇਆਮ ਇੱਥੋਂ ਦੇ ਸਤਨਾਮ ਸਿੰਘ ਖੁਰਦਾਂ ਦੇ ਸਰਪੰਚ ਆ, ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਸੀ, ਮਰਡਰ ਹੋ ਗਿਆ ਸੀ। ਉਹਦੇ ਵਿੱਚ ਜਿਹੜੇ ਮੇਨ ਗੈਂਗਸਟਰ ਆ ਦਿਲਪ੍ਰੀਤ ਅਤੇ ਹਰਵਿੰਦਰ ਰਿੰਦਾ, ਉਹਨਾਂ ਦਾ ਇੱਕ ਓਕਿਊਜ਼ਡ ਆ ਉਸ ਇੰਸੀਡੈਂਟ 'ਤੇ, ਬਿਲਕੁਲ ਨਾਲ ਸੀਗਾ ਇਹ। ਅਤੇ ਜਿਹੜਾ ਕਿ ਕਾਫੀ ਦੇਰ ਦੀ ਚੰਡੀਗੜ੍ਹ ਦੀ ਪੁਲਿਸ ਵੀ ਲੱਗੀ ਸੀ, ਸਾਡੀਆਂ ਵੀ ਮਤਲਬ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਲੱਗੀਆਂ ਸੀ, ਪਰ ਇਹਨੂੰ ਅਸੀਂ ਮਤਲਬ ਅਰੈਸਟ ਕਰਨ 'ਚ ਸਕਸੈਸ ਹੋਏ। ਹੁਸ਼ਿਆਰਪੁਰ ਤੋਂ ਦਲਜੀਤ ਸਿੰਘ ਅਜਨੋਹਾ ਦੀ ਰਿਪੋਰਟ, ਚੈਨਲ 2।